ਅੱਜ ਤੋਂ ਬਾਅਦ ਜੇ ਤੁਸੀਂ ਆਪਸ 'ਚ ਲੜਾਈ ਕੀਤੀ ਫਿਰ ਮੈਂ ਕੁਛ ਨਹੀਂ ਲੈਣਾ ਤੁਹਾਡੇ ਤੋਂ, ਆਪਸ 'ਚ ਲੜ ਲੁੜ ਕੇ ਦੇਖ ਲਿਓ, ਫਿਰ ਕੁੱਟੂਗੀ ਤੈਨੂੰ ਕਿਸੇ ਦਿਨ ਉਹ, ਸਿਹਤ ਦੇਖ ਲਾ ਉਹਦੀ, ਥੋੜ੍ਹਾ ਡਰ ਕੇ ਰਿਹਾ ਕਰੋ ਤੋਂ। ਆ ਜੀ ਪਹਿਲਾਂ ਉਲੀ ਨੂੰ ਆਲ ਇਜੋ। ਮੂਲੀ ਨੀ ਕੁੜੀ ਆ, ਚੰਗੀ ਭਲੀ ਮੂਲੀ ਕਹੀ ਜਾਂਦਾ। ਉਹ ਵੀ ਆ, ਇਹਨੂੰ ਆਲ ਇਜੋ, ਕੁੜੀ ਨੂੰ ਬਾਹਰ ਭੇਜਾਂ। ਹਾਂ ਆਲ ਭੇਜ ਦੋ। ਤੇਰਾ ਪਾਸਪੋਰਟ ਹੈਗਾ? ਉਹ ਕਿੱਦਾਂ ਭੇਜਾਂ, ਆਧਾਰ ਕਾਰਡ ਤੇ ਥੋੜੀ ਜਾਊਗੀ। ਹਾਲੇ ਉਲਕਣੀ ਆਰ ਆਨ ਆਨ ਤੋਂ ਆਰ ਇਜੋ, ਦੁਕਾਨ ਤੋਂ ਬਾਹਰ। 2 ਮਿੰਟ ਜਾਈ ਬੈਠੇ, ਪਤਾ ਨਹੀਂ ਕੋਈ ਜ਼ਰੂਰੀ ਗੱਲ ਕਰਨੀ ਹੋਣੀ ਆ। ਉਹ ਚਲੀ ਗਈ, ਬੋਲ। ਸਾਲਾ ਤੁਹਾਡੀ ਮੱਝ ਸੂਪ ਹੀ ਸ਼ਰਮਾਈ ਜਾਂਦਾ। ਆ ਜੀ ਸ਼ਾਇਦ ਅੱਛਾ ਹੀ ਦੇਵਾਂਗੇ ਵੀਰੇ, ਸਾਡੇ ਕੋਲ ਕੁਛ ਬੁਰਾ ਨਹੀਂ ਹੈਗਾ, ਸਭ ਅੱਛਾ ਹੀ ਅੱਛਾ ਹੈ, ਸਭ ਬ੍ਰਾਂਡਡ ਸਮਾਨ ਹੈ। ਹੈਂਡਲ ਈਕ ਆ, ਪਰ ਇਹ ਤਾਂ ਸਹੀ ਦਾ ਨਾ। ਅੱਛਾ 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 ਅੱਛਾ, ਬਹੁਤ ਅੱਛਾ, ਵਧੀਆ, ਬਹੁਤ ਸੋਹਣਾ ਤੂੰ। ਆ ਜੀ ਇਹਨੂੰ ਅੱਛਾ ਆਈਦਾ। ਆ ਤੂੰ ਕੋਈ ਵੀ ਗੱਲ ਕਰ, ਤੈਨੂੰ ਅਸੀਂ ਕਵਾਂਗੇ ਅੱਛਾ, ਹੋਰ ਕੀ ਚਾਹੀਦਾ ਤੈਨੂੰ? ਹਾਂ ਇਹਨੂੰ ਇਕਸੀ ਦਾ ਅੱਛਾ ਹੈ ਦੋ। ਸਾਲਿਆ ਗੰਦੀਆਂ ਗੱਲਾਂ ਕਰਦਾ ਤੂੰ, ਸਾਲਿਆ ਤਾਂ ਹੀ ਕੁੜੀ ਬਾਹਰ ਭੇਜੀ ਆ, ਤੈਨੂੰ ਅਸੀਂ ਸ਼ਰੀਫ ਇਨਸਾਨ ਸਮਝਦੇ ਹਾਂ, ਥੱਥਿਆ ਜਿਹਾ ਗੰਦੀਆਂ ਗੱਲਾਂ ਕਰਦਾ ਸਾਡੇ ਕੋਲ ਆ ਕੇ, ਮੈਨੂੰ ਕਹਿੰਦਾ ਇਸੀ ਅੱਛਾ ਜੋ। ਅਸੀਂ ਤਾਂ ਕਦੇ ਆਪਸ ਨਹੀਂ ਗੰਦੀ ਗੱਲ ਕੀਤੀ, ਤੂੰ ਤੀਜਾ ਬੰਦਾ ਆ ਕੇ ਗੰਦੀਆਂ ਗੱਲਾਂ ਕਰੀ ਨਾ ਸਾਡੇ ਨਾਲ। ਆਈ ਅੰਦੀ ਗੱਲ ਨੀ, ਇਸੀ ਦਾ ਅੱਛਾ ਹੈ ਦੋ, ਉਲੀ ਨੂੰ ਆ ਵੇਚਿਆ ਨੂੰ। ਉਹ ਯਾਰ ਮੈਨੂੰ ਇੱਕ ਇਹਦੀ ਨਹੀਂ ਸਮਝ ਆਉਂਦੀ, ਇਹਦੀ ਆ ਲੈਂਗੁਏਜ ਕਰਕੇ ਨਾ ਮੈਨੂੰ ਦੁਬਾਰਾ ਪੜ੍ਹਾਈ ਕਰਨੀ ਪੈਣੀ ਆ, ਸਮਝ ਹੀ ਨਹੀਂ ਆਉਂਦੀ, ਘੰਟਾ ਘੰਟਾ ਖਰਾਬ ਕਰ ਦਿੰਦਾ ਯਾਰ ਇਹ, ਇਹ ਕਾਂਦਾ ਬੋਣੀ ਦੇ ਟਾਈਮ ਇਹਨੂੰ ਭਜਾ ਵੀ ਨਹੀਂ ਸਕਦੇ। ਬਹਿ ਗਿਆ ਹੁਣ, ਆ ਜੀ ਯਾਰ ਅੱਛਾ ਇਹਨੂੰ ਆਇਆ ਜੀ। ਯਾਰ ਕੀ ਦੱਮਾ ਤੈਨੂੰ ਯਾਰ, ਹੱਦ ਹੋ ਗਈ ਯਾਰ ਤੇਰੇ ਵਾਲੀ। ਕਰੀਮ ਲੈਣੀ ਆ, ਆਈ ਪਾਊਡਰ ਲੈਣਾ, ਆਈ ਡਿਵੈਲਪਰ ਲੈਣਾ, ਰੁਮਾਲ ਲੈਣਾ, ਯਾਰ ਹੋਰ ਕੀ ਤੈਨੂੰ ਦੇ ਦਈਏ ਯਾਰ, ਸ਼ੈਂਪੂ ਲੈਣਾ, ਆਈ ਚੂੜੀਆਂ, ਡੀਓ, ਆਈ ਡੱਬਾ, ਆਈ ਆਇਆ ਰਜਿਸਟਰੀ ਦੇ ਦਈਏ ਤੈਨੂੰ, ਦੁਕਾਨ ਦੇ ਦਈਏ, ਆਈ ਹੋਰ ਸਾਰੇ ਮੈਂ ਕੱਛਾ ਲਾਦਾ। ਆ ਕੱਛਾ ਲਾਵਾਂ ਲਿੱਪੇ ਕੜ ਕਪਾਂ ਕੱਟ ਮੇਰੀ, ਕੀ ਬੋਲੀ ਇਹਨਾਂ ਸਾਲਿਆ, ਆਈ ਅੱਛਾ ਹੈ ਨਾ ਅੱਛਾ, ਮੇਰਾ ਕੱਛਾ ਲੈਣਾ ਤੂੰ, ਉਹ ਤਾਂ ਉਠਾ ਹੋ ਗਿਆ ਨਾ, ਅਵਾ ਅਵਾ ਅੱਛਾ ਕੱਛਾ ਲੈਣਾ ਤੂੰ, ਅਵਾ ਅੱਛਾ ਇਸੀ ਅੱਛਾ ਕੱਛਾ ਕੀ ਕਹਿੰਦਾ ਇਹਨੂੰ, ਕੰਪਨੀ ਆ। ਕਿਹੜੀ ਕੰਪਨੀ? ਡਿਕਸੀ, ਡਿਕਸੀ। ਤੇਰਾ ਭਲਾ ਹੋ ਜੇ ਤੇਰਾ ਸਾਲਿਆ, ਕਿਸੇ ਦਿਨ ਤੂੰ ਮੇਰੇ ਤੋਂ ਜੁੱਤੀਆਂ ਖਾ ਲੈਣੀਆਂ ਨੇ, ਬੋਲਦਾ ਕੁਛ ਹੋਰ ਆ, ਇਸ਼ਾਰਾ ਕੋਈ ਹੋਰ ਕਰਦਾ ਵਾ, ਨਿਕਲਦੀ ਕੋਈ ਹੋਰ ਚੀਜ਼ ਆ ਵਿੱਚੋਂ। ਅੱਛਾ ਨਾ ਜੀ, ਲਾ ਯਾਰ ਕੱਛਾ ਲਾ ਤੂੰ, ਐ ਲੋ ਇੱਕ ਮਿੰਟ, ਉਹ ਇੰਨੇ ਦਾ ਵਾ, 100 ਰੁਪਏ ਦਾ, ਉਹ 100 ਰੁਪਏ ਦਾ, 100 ਰੁਪਏ ਦਾ। ਇੱਕ ਮਿੰਟ ਦਿਖਾ ਪਿੱਛੋਂ ਤੇਰੇ 85 ਮਿੰਟ, ਉਹ ਨਹੀਂ ਇੱਧਰ ਪਾਸੇ ਵੱਡਾ ਹੋ ਗਿਆ ਜੀ, 80 ਨੰਬਰ ਆਊਗਾ, ਨਹੀਂ ਨਹੀਂ 100 ਰੁਪਏ ਦਾ ਆਪਣਾ ਯਾਰ, 100 ਰੁਪਏ ਦਾ। ਐ ਲੋ ਭਾਈ ਐ ਨਾ ਇਹ, ਅਰੇ ਉਹ ਲਗਿਆ ਉਹੀ, ਐ ਲੋ ਅੱਛਾ ਆ ਕੇ ਰੱਖੋ, ਮੈਂ ਇਹ ਲੈ ਕੇ ਆਉਂਦਾ, ਠੀਕ ਆ। ਓਏ ਤੈਨੂੰ ਗਲਤ ਬੋਲ ਗਿਆ ਜੀ,
ਕਿੰਨੀ ਗਲਤ ਗੱਲ ਕਰਕੇ ਗਿਆ, ਤੈਨੂੰ ਜਮਾ ਨੀ ਸ਼ਰਮ ਆਈ ਯਾਰ? ਤੂੰ ਵੱਡਾ ਭਰਾ ਛੋਟਾ ਭਰਾ ਹੁੰਦੇ ਨਾਤੇ ਤੈਨੂੰ ਸ਼ਰਮ ਨੀ ਆਈ? ਭਾਜੀ ਮੈਨੂੰ ਸੱਚੀ ਨੀ ਪਤਾ ਵੀ ਉਹ ਕੀ ਬੋਲ ਕੇ ਗਿਆ। ਬਾਲਾ ਗਲਤ ਬੋਲ ਗਿਆ ਓਏ, ਏਦਾਂ ਕੌਣ ਕਹਿੰਦਾ ਕੱਛਾ ਲਾ ਕੇ ਰੱਖੋ ਮੈਂ ਪੈਸੇ ਲੈ ਕੇ ਆ। ਹੁਣ ਪਤਾ ਨੀ ਆਉਂਦਾ ਵੀ ਹੈ ਕਿ ਨਹੀਂ, ਤੂੰ ਕੱਛਾ ਲਾ। ਆ ਗਿਆ ਬਾਈ, ਆ ਹੋਲ ਪੇ। ਅੱਛਾ ਆਇਆ ਨੀ ਤੁਸੀਂ? ਮੈਂ ਕਿਉਂ ਕੱਛਾ ਲਾਵਾਂ ਆਪਣਾ? ਆਣਾ ਨੀ ਆਵਾ ਕੰਪਨੀ ਵਾਲਾ। ਤੇ ਉਹ ਲਾਣਾ ਕਿਉਂ? ਸਾਡਾ ਪਿਆ ਹੀ ਥੱਲੇ ਆ ਜਦ ਉਹ ਨਾ ਹਿਲ। ਅੱਛਾ ਲੈ ਜਾ ਭਰਾਵਾ, ਤੂੰ ਤਾਂ ਯਾਰ ਕਨਫਿਊਜ਼ਨ ਪੈਦਾ ਕਰਤੀ। ਓਏ ਓਏ ਘਾਟੇ ਉਹ ਸਾਰਾ ਦੋ ਸੀ ਉਹਦੇ ਵਿੱਚ ਤੇ ਭਾਈ ਤੁਸੀਂ ਕੱਢ ਲੈਂਦੇ। ਕੱਢ ਲੈਂਦੇ ਯਾਰ, ਤੂੰ ਪਾਗਲ ਆ ਯਾਰ। ਆ ਫੜ ਹੁਣ, ਮੈਂ ਨਹੀਂ ਜਾਣਾ ਉਹਦੇ ਮਗਰ ਯਾਰ। ਹਰ ਇਮਾਨਦਾਰ ਹੋ ਗਿਆ ਤੱਥਾ। ਹੁਣ ਨਾ ਨਵੀਂ ਕਹਾਣੀ ਬਣੂਗੀ, ਸੀਗੀ ਨਾ ਇਮਾਨਦਾਰ ਲੱਕੜਾਰਾ, ਹੁਣ ਬਣੂਗੀ ਇਮਾਨਦਾਰ ਤੱਥਾ। ਇੱਕ ਮਾਊਂਟ ਗਿਆ ਨਾ, ਚੱਲ ਠੀਕ ਆ। ਪਹਿਲੀ ਯਾਰ ਤਾਂ ਪੈਸੇ ਦੇ ਕੇ ਗਿਆ, ਸ਼ੁਕਰ ਆ ਪਰਮਾਤਮਾ ਦਾ। ਏ ਫਿਊ ਮੋਮੈਂਟਸ ਲੇਟਰ, ਉਹ ਤੁਹਾਨੂੰ ਨਾ ਇਕੱਲੀ ਇਕੱਲੀ ਚੀਜ਼ ਸਿਖਾਉਣੀ ਪੈਂਦੀ। ਆਹ ਤਾਂ ਤੱਥਾ ਲੈ ਗਿਆ ਸੀ। ਥੱਥੇ ਕੀ ਹੋਇਆ ਵੀਰੇ? ਉਸ ਨੀ ਹੋਇਆ। ਅੱਛਾ ਆਪ ਸਲੋ ਮੈਨੂੰ ਇਹ ਕੀ ਗੱਲ ਹੋ ਗਈ? ਕੱਛਾ ਖਰਾਬ ਆ? ਅਸੀਂ ਅੱਛਾ ਐ ਤਾ ਇਹਦੀ ਇਹਦੇ ਅਲ ਇਹ ਅਲੇਸ ਹੋ ਗਿਆ ਐਲੀ ਨਾਲ। ਕੇਸ ਹੋ ਗਿਆ? ਕੀ ਹੋ ਗਿਆ? ਇਸ ਨੀ ਇਸੂ ਜਿਸੂ ਅਲਾਈ ਹੋ ਗਈ ਐਲੀ ਨਾਲ। ਕੀ ਡੈਡੀ ਨਾ? ਹਾਂ। ਕੀ ਹੋ ਗਿਆ? ਉਹ ਕਹਿੰਦੇ ਅੱਛਾ ਉਹਨਾਂ ਨੂੰ ਇਹਦੇ। ਮੈਂ ਕਿਹਾ ਐ ਆਉਣਾ ਵਾ? ਉਹ ਕਹਿੰਦੇ ਉਹਨਾਂ ਨੇ ਆਉਣਾ ਵਾ। ਯਾਰ ਦੋ ਲੈ ਜਾਓ ਐਵੇਂ ਐਵੇਂ। ਉਹ ਲੈ ਲਓ ਇਹੇ ਇਹਦੇ ਆ। ਅੱਛਾ ਐਰੀ ਆਣ? ਡੈਡੀ ਕਿਹੜਾ ਸਾਡਾ, ਤੇਰਾ ਹੀ ਆ ਡੈਡੀ ਵੀ। ਐਹੇ ਤਾਂ ਇਹਲੇ ਆ ਨਾ। ਹਾਂ ਪੈਸੇ ਤੇਰੇ ਆ। ਫਿਰ ਐ ਅਸੀਂ ਅਲਾਹ ਕੀਤੀ ਆਸ ਚ। ਅੱਛਾ ਆਪਸ ਆ ਜਾਂਦੇ ਆ ਆਪਾਂ ਇੱਦਾਂ ਹੀ ਈਕ ਆ ਮੂਝ ਬਣੀ। ਹਾਂ ਅਲਫ। ਹਾਂ ਅਲਫ। ਉਹ ਵੀਰੇ ਗੱਲ ਸੁਣ, ਸਾਡਾ ਵੀ ਕੋਈ ਸੂਲ ਆ, ਬੋਣੀ ਦੇ ਪੈਸੇ ਅਸੀਂ ਨੀ ਮੋੜਦੇ ਮੁੜਦੇ। ਏਦਾਂ ਏਦਾਂ ਨੀ ਬੋਲਦੇ ਹੈਗੇ ਇਹੇ ਉਹ ਆਪ। ਹਾਂ ਤੂੰ ਸਾਲਿਆ, ਤੈਨੂੰ ਕਿਹਾ ਸੀ ਅੰਦਰ ਰੱਖਿਆ ਕਰ ਪੈਸੇ, ਪੈਂਟ ਫਸ ਜਾਂਦੀ ਹੈ ਵਿੱਚ, ਏਦਾਂ ਫੈਸ਼ਨ ਖਰਾਬ ਹੋ ਜਾਂਦਾ ਈ। ਅਸੀਂ ਨਾ ਅਲੂਮ ਮਾਰ ਕੇ ਅੜਨਾ ਗੇ। ਓ ਯਾਰ ਕਈ ਵਾਰੀ ਵਿੱਚ ਨਿਕਲ ਜਾਂਦੀ ਹੁੰਦੀ ਪੈਂਟ ਗੰਦੀ। ਅੱਛੇ ਸੋਹਣੀ ਅਸੀਂ ਐਮਸ ਆ ਜਾਵਾਂਗੇ ਯਾਰ। ਡੈਡੀ ਨੂੰ ਹੋਰ ਲੈ ਦਿੰਦੇ ਥੋੜਾ ਜਿਹਾ ਕੁਛ, ਉਹ ਦੇ ਦੇ ਕੋਈ ਲਗੋੜ ਲਗੋੜ ਦੇ ਦੇ ਡੈਡੀ ਵਾਸਤੇ। ਉਹ ਵਾਲਾ ਉਹ ਵਾਲਾ ਡੈਡੀ ਨੂੰ ਕੁਛ ਹੋਰ ਦੇ ਦਿੰਦੇ ਯਾਰ। ਮੇਰੀ ਗੱਲ ਸੁਣ ਸੱਚੇ ਮੇਰੀ ਗੱਲ ਭਾਈ। ਚਲੋ ਫਾਇਦਾ ਹੀ ਹੋਇਆ, ਨਹੀਂ ਤਾਂ ਡੱਬੀ ਵੀ ਲੈ ਚੱਲਾ ਸੀ ਉਹ ਆਪਣਾ, ਉਹ ਗੰਦਾ ਹੋ ਜਾਣਾ ਸੀ ਵੀ। ਚਲੋ ਹੁਣ ਦੋਨੇ ਸਾਂਭੇ ਰਹਿਣਗੇ। ਆ ਤੇਰੇ ਸਾਲੇ ਆਹੀ ਫਾਇਦੇ ਨੇ ਬਹੁਤ ਘਾਟੇ ਪਵਾਏ ਮੈਨੂੰ, ਮੈਂ ਦੱਸੀ ਜਾਂਦਾ ਤੈਨੂੰ ਭਾਜੀ। ਪੀਸ ਖਰਾਬ ਨਹੀਂ ਉਹ ਫਾਇਦਾ ਹੀ ਆ। ਤੇ ਜਿਹੜਾ ਵਿਕ ਜਾਂਦਾ ਫਿਰ ਨਹੀਂ ਫਾਇਦਾ ਹੋਣਾ ਸੀਗਾ? ਲਈ ਫਿਰ ਤਾਂ ਤੈਨੂੰ ਕਹਿੰਦੇ ਥੱਲੇ ਰੱਖ ਦੇ। ਸੱਚੀ ਜਾਣਾ ਹੋਰ ਇੱਥੇ ਝੂਠੀ ਮੁੱਠੀ ਜਾਊਗਾ, ਢਾ ਕਰੂਗਾ ਹੁਣੇ ਆ ਕੇ ਉਹ। ਅਗਲੀ ਵਾਰੀ ਹੁਣ ਕੱਛਾ ਲੈਣਾ ਤਾਂ ਡੈਡੀ ਨੂੰ ਨਾਲ ਕੱਛਾ ਦੇਣਾ ਪੈਣਾ। ਹੱਦ ਹੋ ਗਈ ਤੁਹਾਡੇ ਵਾਲੀ ਯਾਰ। ਉਹ ਕੁੜੀ ਲੈ ਕੇ ਆ ਭਰਾਵਾ, ਘੰਟਾ ਹੋ ਗਿਆ ਬਾਹਰ ਖੜੀ ਆ, ਕੋਈ ਚੱਕ ਕੇ ਨਾ ਲੈ ਜਾਏ ਜਵਾਕ ਨੂੰ। ਤੂੰ ਬਾਹਰ ਖੜੀ ਕੀ ਕਰਦੀ ਸੀ? ਘਰੇ ਚਲ ਗਈ ਸੀ। ਰੱਬਾ ਮੇਰਿਆ, ਮੇਰਾ ਕੀ ਬਣੂਗਾ ਭਰਾਵਾ,